ਹਾਂ ਜੀ ਦੋਸਤੋ, ਤੁਸੀਂ ਸੋਚ ਰਹੇ ਹੋਵੋਗੇ ਗਾਣੇ ਦੇ ਵਿੱਚ ਸਿੱਧੂ ਮੂਸੇਵਾਲੇ ਨੇ ਕਿਸ ਨੂੰ ਰਿਪਲਾਈ ਕੀਤਾ ਆ। ਜੀ ਹਾਂ ਦੋਸਤੋ, ਦੱਸਣ ਜਾ ਰਹੇ ਇਸ ਵੀਡੀਓ ਦੇ ਵਿੱਚ, ਐਂਡ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ। ਗਾਣਾ ਅੱਤ ਕਰਾ ਰਿਹਾ ਹੈ ਸਾਰੇ ਪਾਸੇ, ਅੱਜ ਤੱਕ ਦਾ ਸਭ ਤੋਂ ਬੈਸਟ ਸੌਂਗ ਆ 2024 ਦਾ ਇਹ। ਬਾਕੀ ਹੁਣ ਥੋੜ੍ਹੀ ਜਿਹੀ ਤੁਹਾਨੂੰ ਵੋਇਸ ਕਲਿੱਪ ਸੁਣਾਉਂਦੇ ਹਾਂ ਵੀ ਕਿਸ ਦੇ ਵੱਲ ਇਸ਼ਾਰਾ ਕੀਤਾ ਹੈ ਸਿੱਧੂ ਮੂਸੇਵਾਲੇ ਨੇ ਗਾਣੇ ਦੇ ਵਿੱਚ, ਕਿਹਨੂੰ ਰਿਪਲਾਈ ਕੀਤਾ ਆ। ਕਿਲ 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 ਇਹ ਆ ਕਿਲਰਾਂ ਦਾ ਟਾਈਮ, ਰੀਅਲ ਹਸਲ ਬੇਬੀ ਇਹ ਨਹੀਂ ਫਿਲਰਾਂ ਦਾ ਟਾਈਮ। ਵੈਸੇ ਤਾਂ ਤੁਸੀਂ ਸਮਝਦਾਰ ਦੋਸਤੋ, ਸਮਝ ਗਏ ਹੋਣਗੇ ਕਿਹਨੂੰ ਰਿਪਲਾਈ ਕੀਤਾ ਆ। ਸਿੱਧੂ ਮੂਸੇਵਾਲੇ ਨੇ ਹਰ ਉਸ ਸ਼ਖਸ ਨੂੰ ਰਿਪਲਾਈ ਕੀਤਾ ਆ, ਹਰ ਉਸ ਸਿੰਗਰ ਨੂੰ ਰਿਪਲਾਈ ਕੀਤਾ ਆ ਜਿਹਨੇ ਉੱਪਰ ਆਉਣ ਦੇ ਲਈ ਸਿੱਧੂ ਮੂਸੇਵਾਲੇ ਦੀ ਬਾਂਹ ਫੜੀ ਅਤੇ ਬਾਅਦ ਦੇ ਵਿੱਚ ਸਿੱਧੂ ਦਾ ਹੱਥ ਛੁਡਾ ਕੇ ਚਲੇ ਗਏ, ਆਪਣੇ ਆਪ ਦੇ ਵਿੱਚ ਫੀਲਿੰਗਾਂ ਲੈਣ ਲੱਗੇ। ਸਿੱਧੂ ਨੇ ਕਿਹਾ ਕਿ ਇਹ ਆ ਹਸਲਰਾਂ ਦਾ ਟਾਈਮ, ਵੀ ਜਿਨ੍ਹਾਂ ਨੇ ਖੁਦ ਮਿਹਨਤ ਕੀਤੀ ਆ ਉਹਨਾਂ ਦਾ ਟਾਈਮ ਆ ਇਹ, ਫੀਲਰਾਂ ਦਾ ਟਾਈਮ ਨਹੀਂ, ਵੀ ਜਿਹੜੇ ਆਪ ਸਟਾਰ ਹੋਣ ਦੀਆਂ ਫੀਲਿੰਗਾਂ ਲੈਂਦੇ ਨੇ। ਬਾਕੀ ਤੁਸੀਂ ਕਮੈਂਟ ਕਰਕੇ ਦੱਸੋ ਵੀ ਕਿਹਨੂੰ ਕਿਹਨੂੰ ਰਿਪਲਾਈ ਕੀਤਾ ਹੈ ਸਿੱਧੂ ਮੂਸੇਵਾਲੇ ਨੂੰ ਅਤੇ ਕਿਹੜੀ ਲਾਈਨ ਦੇ ਵਿੱਚ ਕੀਤਾ ਆ, ਸ਼ੇਅਰ ਕਰ ਦਿਓ।